ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ। ਅੱਜ ਗੱਲ ਕਰਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ। ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ 16 ਐਂਡ 17 ਤਰੀਕ ਨੂੰ 2 ਦਿਨ ਕੌਂਸਲਿੰਗ ਹੋਈ ਆ। ਕੌਂਸਲਿੰਗ ਤੋਂ ਬਾਅਦ ਨੈਕਸਟ ਜਿਹੜਾ ਸਟੈਪ ਰਹਿੰਦਾ ਉਹ ਹੁੰਦਾ ਮੈਰਿਟ ਲਿਸਟ ਦਾ। ਤਾਂ ਉਹਦੀ ਗੱਲ ਕਰੀਏ, ਜਿਹੜੇ ਅਲੱਗ ਅਲੱਗ ਡਿਪਾਰਟਮੈਂਟ ਨੇ ਯੂਨੀਵਰਸਿਟੀ ਦੇ ਵਿੱਚ, ਉਹਨਾਂ ਦੀ ਅਲੱਗ ਅਲੱਗ ਟਾਈਮ 'ਤੇ ਮੈਰਿਟ ਲਿਸਟ ਦੇਖਣ ਨੂੰ ਮਿਲੇਗੀ। ਔਰ ਕਈ ਜਿਹੜੇ ਡਿਪਾਰਟਮੈਂਟ ਆ ਉਹ 12 ਵਜੇ ਤੋਂ ਬਾਅਦ ਅਪਲੋਡ ਕਰ ਦੇਣੀ ਆਪਣੀ ਮੈਰਿਟ ਲਿਸਟ। ਔਰ ਜਿਹੜੇ ਹੋਰ ਬਾਕੀ ਡਿਪਾਰਟਮੈਂਟ ਹੋਣਗੇ ਉਹ ਕੀ ਕਰਨਗੇ, ਉਹ 5 ਵਜੇ ਤੋਂ ਬਾਅਦ ਜਾਂ 4 ਜਾਂ 5 ਵਜੇ ਦੇ ਆਸ ਪਾਸ ਆਪਣੀ ਮੈਰਿਟ ਲਿਸਟ ਅਪਲੋਡ ਕਰ ਦੇਣਗੇ। ਔਰ ਦੂਸਰੀ ਗੱਲ ਕਰੀਏ, ਇਹ ਤਾਂ ਹੋ ਗਈ ਤੁਹਾਡੀ ਮੈਰਿਟ ਲਿਸਟ ਦੀ, ਵੀ ਮੈਰਿਟ ਲਿਸਟ ਅਪਲੋਡ ਹੋ ਜਾਏਗੀ, ਉਹ ਅੱਜ ਦੇ ਦਿਨ ਹੀ ਹੋਣੀ ਆ, ਇਸ ਤੋਂ ਜ਼ਿਆਦਾ ਨਹੀਂ ਹੈ। ਉਸ ਤੋਂ ਬਾਅਦ ਆਪਾਂ ਨੂੰ 21 ਤਰੀਕ ਫਸਟ ਕਾਉਂਸਲਿੰਗ ਵਾਲੇ 21 ਤਰੀਕ ਤੱਕ ਆਪਾਂ ਨੂੰ ਫੀਸ ਭਰਨ ਦਾ ਜਿਹੜਾ ਟਾਈਮ ਦਿੱਤਾ ਜਾਏਗਾ, 21-22 ਤਰੀਕ ਦੇ ਵਿੱਚ ਆਪਾਂ ਉਦੋਂ ਤੱਕ ਆਪਾਂ ਆਪਣੀ ਫੀਸ ਪੇ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਜਦੋਂ ਤੁਹਾਡੀ ਕਾਉਂਸਲਿੰਗ ਹੋਈ ਆ ਉਹਦੇ ਵਿੱਚ ਕਾਫੀ ਜਿਹੜੇ ਡਾਕੂਮੈਂਟ ਆ ਉਹ ਡਾਕੂਮੈਂਟ ਤੁਸੀਂ ਲੈ ਕੇ ਆਏ ਸੀ, ਕੁਛ ਉਸ ਡਾਕੂਮੈਂਟ ਦੇ ਵਿੱਚ ਮਿਸਿੰਗ ਆ, ਜਾਂ ਫਿਰ ਤੁਸੀਂ ਉਹ ਡਾਕੂਮੈਂਟ ਨਹੀਂ ਲੈ ਕੇ ਆਏ, ਜਾਂ ਫਿਰ ਉਹ ਤੁਸੀਂ ਅਜੇ ਤੱਕ ਬਣਵਾਏ ਨਹੀਂ, ਸੋ ਉਹਦੇ ਲਈ ਵੀ ਤੁਹਾਨੂੰ ਇਸ ਲਈ ਟਾਈਮ ਦਿੱਤਾ ਜਾਏਗਾ ਵੀ ਤੁਸੀਂ 19 ਤਰੀਕ ਤੱਕ ਆਪਣਾ ਜਿਹੜਾ ਡਾਕੂਮੈਂਟ ਆ ਉਹ ਲੈ ਕੇ ਆਓ। ਉਸ ਤੋਂ ਬਾਅਦ ਤੁਹਾਡੀ ਜਿਹੜੀ ਵੈਰੀਫਾਈ ਕੀਤਾ ਜਾਊਗਾ, ਉਹ ਵੈਰੀਫਾਈ ਕਰਨ ਤੋਂ ਬਾਅਦ ਤੁਹਾਨੂੰ ਇੱਕ ਫੀਸ ਪੇ ਕਰਨੀ ਪਵੇਗੀ। ਹੁਣ ਇਹਦੀ ਗੱਲ ਕਰੀਏ ਕਿ ਅਸੀਂ ਫੀਸ ਪੇ ਨਾ ਕਰੀਏ, ਸਾਡੀ ਐਡਮਿਸ਼ਨ ਪੱਕੀ ਹੋ ਜਾਏਗੀ, ਤਾਂ ਪਹਿਲਾਂ ਦੱਸ ਦਿੰਦਾ ਜਿਹੜੇ ਫਸਟ ਕਾਉਂਸਲਿੰਗ ਦੇ ਫਸਟ ਮੈਰਿਟ ਲਿਸਟ ਦੇ ਵਿੱਚ ਆਏ ਨੇ ਉਹਨਾਂ ਦੀ ਗੱਲ ਕਰਦਾ ਕਿ ਉਹ ਜਦੋਂ ਫੀਸ ਪੇ ਕਰਨਗੇ ਉਹਨਾਂ ਦੀ ਤਾਂ ਹੀ ਜਿਹੜੀ ਆ ਆਪਣੀ ਸੀਟ ਬੁੱਕ ਹੋਏਗੀ, ਮਤਲਬ ਸੀਟ ਉਹਦੀ ਪੱਕੀ ਐਡਮਿਸ਼ਨ ਹੋਏਗੀ। ਅਗਰ ਉਹ ਮਤਲਬ ਦਿੱਤੇ ਟਾਈਮ ਤੱਕ, ਹੈ ਨਾ, 20-21 ਦੇ ਡੇਟ ਦੇ ਵਿੱਚ ਅਗਰ ਉਹ ਫੀਸ ਨਹੀਂ ਪੇ ਕਰਦੇ ਤਾਂ ਉਹਨਾਂ ਨੂੰ ਕੀ ਹੋਏਗਾ, ਉਹਨਾਂ ਦੀ ਜਿਹੜੀ ਸੀਟ ਆ ਕੈਂਸਲ ਕੀਤੀ ਜਾਏਗੀ, ਨੈਕਸਟ ਜਿਹੜਾ ਕੈਂਡੀਡੇਟ ਹੋਏਗਾ ਉਸਨੂੰ ਉਹ ਜਿਹੜੀ ਸੀਟ ਅਲਾਟ ਕੀਤੀ ਜਾਏਗੀ। ਸੋ ਇਹ ਜਿਹੜਾ ਕਾਉਂਸਲਿੰਗ ਦਾ ਸ਼ਡਿਊਲ ਸੀਗਾ, ਹੁਣ ਤੁਸੀਂ ਵੇਟ ਕਰੋ ਕਿ ਵੇਟ ਇਸ ਓਫੀਸ਼ੀਅਲ ਵੈਬਸਾਈਟ ਤੋਂ ਬਿਨਾਂ ਤੁਸੀਂ ਕਿਤੇ ਫੋਲੋ ਨਾ ਕਰਿਓ। ਓਫੀਸ਼ੀਅਲ ਵੈਬਸਾਈਟ 'ਤੇ ਜਾਓ, ਉਸ 'ਤੇ ਨੋਟੀਫਿਕੇਸ਼ਨ ਮਿਲੇਗੀ, ਨੋਟੀਫਿਕੇਸ਼ਨ ਦੇ ਵਿੱਚ ਅਲੱਗ ਅਲੱਗ ਡਿਪਾਰਟਮੈਂਟ ਦੀ ਜਿਹੜੀ ਮੈਰਿਟ ਲਿਸਟ ਤੁਹਾਨੂੰ ਦੇਖਣ ਨੂੰ ਮਿਲੇਗੀ। ਉਸ ਦੇ ਨਾਲ ਗੱਲ ਕਰੀਏ, ਇੱਕ ਡਿਪਾਰਟਮੈਂਟ